ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਲੇਹ ਲਦਾਖ ਦਾ ਸਫ਼ਰ ਕੱਢ ਕੇ ਸਾਰਾ ਘਰ ਆਪਾਂ ਪਹੁੰਚ ਚੁੱਕੇ ਹਾਂ, ਤੁਸੀਂ ਪਿਛਲੀਆਂ ਵੀਡੀਓ 'ਚ ਦੇਖਿਆ ਹੀ ਹੈ। ਘਰ ਆਉਣ ਤੋਂ ਬਾਅਦ ਘਰ ਦੇ ਜਿਹੜੇ ਛੋਟੇ ਛੋਟੇ ਕੰਮ ਛੱਡ ਕੇ ਗਏ ਅਤੇ ਉਹ ਫਿਰ ਹੁਣ ਅੱਗੇ ਵਧਾਉਣ ਲੱਗੇ ਹਾਂ। ਜਿਵੇਂ ਤੁਹਾਨੂੰ ਇੱਕ ਸਭ ਤੋਂ ਪਹਿਲਾਂ ਚੀਜ਼ ਦਿਖਾਉਣੀ ਹੈ ਕਿ ਜਿਹੜਾ ਬੋਲਟ ਘੱਟੋ ਘੱਟ ਵੀ 2-2.5 ਮਹੀਨੇ ਤੋਂ ਇੱਕ ਜਗ੍ਹਾ ਪਰ ਖੜ੍ਹਾ ਰਿਹਾ, ਤੁਸੀਂ ਬੋਲਟ ਦਾ ਹਾਲ ਦੇਖ ਸਕਦੇ ਹੋ। ਅੱਜ 20-25 ਦਿਨ ਬਾਅਦ ਬੋਲਟ ਦੀ ਨਲਾਈ ਧੋਈ ਕਰਨ ਲੱਗੇ ਹਾਂ, ਉਹ ਵੀ ਤਾਂ ਕਰਕੇ ਵੀ ਜਿਹੜਾ ਰਾਤ ਮੋਦੀ ਨੇ ਤੇਲ ਹੈ ਜਿਹੜਾ 9.5 ਰੁਪਏ ਪੈਟਰੋਲ ਸਸਤਾ ਕਰਤਾ। ਤੇਲ ਇੰਨਾ ਜਿਹੜਾ ਮਹਿੰਗਾ ਹੋ ਗਿਆ ਤਾਂ ਉਹਦੇ ਕਰਕੇ ਬੋਲਟ ਬੁਲਟ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ ਤਾ। ਹੁਣ ਸਾਰਾ ਇਹਨੂੰ ਸਾਫ਼ ਸਫਾਈਆਂ ਕਰਕੇ ਦੁਬਾਰਾ ਹੁਣ ਇਹਨੂੰ ਘਰ ਤੋਂ ਬਾਅਦ ਥੋੜ੍ਹਾ ਬਹੁਤਾ ਕੱਢੇ ਕਰੂੰਗੇ, ਕਿਉਂਕਿ 9.5 ਰੁਪਏ ਰਾਤ ਜਿਹੜਾ ਪੈਟਰੋਲ ਸਸਤਾ ਹੋ ਗਿਆ ਅਤੇ 7 ਰੁਪਏ ਹੋ ਗਿਆ ਡੀਜ਼ਲ ਸਸਤਾ, 200 ਰੁਪਏ ਹੋ ਗਿਆ ਸਿਲੰਡਰ ਸਸਤਾ। ਇਹ ਰਾਤ ਸਾਰੀਆਂ ਚੀਜ਼ਾਂ ਸਸਤੀਆਂ ਹੋਣ ਕਰਕੇ ਅੱਜ ਫਿਰ ਸੋਚਿਆ ਜਾਏਗਾ ਵੀ ਬੋਲਟ ਨੂੰ ਸਾਫ਼ ਸਫਾਈਆਂ ਕਰੀਏ, ਵੀ ਹੁਣ ਤਾਂ ਬੋਲਟ ਆਪਾਂ ਲਿਜਾ ਸਕਦੇ ਹਾਂ। ਬੋਲਟ ਧੋਪ ਕੇ ਸਾਰਾ ਡਨ ਹੋ ਗਿਆ, ਬਾਕੀ ਹੁਣ ਜਦ ਹੁਣ ਤੁਹਾਨੂੰ ਪਤਾ ਬੋਲਟ ਨੂੰ ਆਪਾਂ ਇੰਨੇ ਦਿਨ ਬਹੁਤੇ ਦਿਨ ਨਹੀਂ ਚਲਾਉਂਦੇ ਤਾਂ ਇਹ ਥੋੜ੍ਹਾ ਸਟਾਰਟ ਹੋਣ ਨੂੰ ਵੀ ਤੰਗ ਕਰਦਾ ਹੈ। ਹੁਣ ਮੈਨੂੰ ਘੱਟੋ ਘੱਟ 10-15 ਮਿੰਟ ਹੋ ਗਏ ਪਰ ਇਹ ਸਟਾਰਟ ਨਹੀਂ ਹੋ ਰਿਹਾ। ਸਾਫ ਵਗੈਰਾ ਸਾਰਾ ਕਰਤਾ, ਤੋਂ ਚਮਕਾ ਤਾ ਪੂਰਾ ਇਹਨੂੰ, ਤੁਸੀਂ ਜਿਵੇਂ ਪਹਿਲਾਂ ਵੀਡੀਓ 'ਚ ਦੇਖਿਆ ਤਾਂ ਮਿੱਟੀ ਦੀ, ਪਰ ਹੁਣ ਇਸ ਟਾਈਮ ਥੋੜ੍ਹਾ ਸਟਾਰਟਿੰਗ ਨੂੰ ਪ੍ਰੋਬਲਮ ਦੇ ਰਿਹਾ ਹੈ, ਬਾਕੀ ਕੋਈ ਨਹੀਂ 2 ਕੁ ਮਿੰਟ ਆਰਾਮ ਲੈ ਕੇ ਫਿਰ ਇਹਨੂੰ ਦੁਬਾਰਾ ਸਟਾਰਟ ਕਰਕੇ ਦੇਖਦੇ ਹਾਂ। ਹੋਊਗਾ ਤਾਂ ਸਹੀ ਪਰ ਥੋੜ੍ਹਾ ਟਾਈਮ ਲੈ ਕੇ ਹੋਊਗਾ। ਇਸ ਟਾਈਮ ਇੰਨੀਆਂ ਕਿੱਕਾਂ ਮਾਰਨੀਆਂ ਵੀ ਬੋਲਟ ਪੂਰਾ ਓਵਰ ਹੋ ਗਿਆ, ਤੇਲ ਦੀ ਸਮੈਲ ਆਉਣ ਲੱਗ ਗਈ ਓਵਰ ਹੋਣ ਤੋਂ ਬਾਅਦ, ਅਤੇ ਬਾਕੀ ਹੁਣ ਇਹਨੂੰ ਐਵੇਂ ਖੜਾ ਕੇ ਰੱਖਾਂਗੇ, 2-3 ਘੰਟੇ ਬਾਅਦ ਦੁਬਾਰਾ ਸਟਾਰਟ ਕਰਕੇ ਦੇਖਾਂਗੇ ਜੇ ਹੋ ਗਿਆ। ਪਰ ਮੈਨੂੰ ਲੱਗਦਾ ਇਸ ਟਾਈਮ ਇਹਨੂੰ ਮਿਸਤਰੀ ਕੋਲ ਲਿਜਾਣਾ ਪੈਣਾ, ਕਿਉਂਕਿ ਜਿਹੜੇ ਫਿਊਜ ਫਿਆਜ ਹੈ ਉਹ ਸਾਰੇ ਮੈਨੂੰ ਲੱਗਦਾ ਉੜ ਗਏ, 1-2 ਕੱਢ ਕੇ ਦੇਖੇ ਤੇ, ਅਤੇ ਬਾਕੀ ਦੇਖਦੇ ਹਾਂ 15-20 ਮਿੰਟ 1/2 ਘੰਟੇ ਬਾਅਦ ਇਹਨੂੰ ਦੁਬਾਰਾ ਇੱਕ ਵਾਰ ਸਟਾਰਟ ਕਰਕੇ, ਨਹੀਂ ਤਾਂ ਫਿਰ ਉਹ ਤੋਂ ਬਾਅਦ ਖਿੱਚ ਕੇ ਇਹਨੂੰ ਲੈ ਕੇ ਜਾਣਾ ਪਵੇਗਾ। ਤੁਸੀਂ ਦੇਖ ਸਕਦੇ ਹੈ ਵੀ ਓਵਰ ਹੋ ਗਿਆ ਸੀਗਾ ਬੋਲਟ, ਉਹਦੇ ਕਰਕੇ ਰੁਕ ਗਿਆ। ਮੈਂ ਤਾਂ ਥੋੜ੍ਹੇ ਫਿਊਜ ਫਿਆਜ ਚੈੱਕ ਕਰੇ ਰੋਕ ਕੇ, ਅਤੇ 1.5-2 ਘੰਟੇ ਬਾਅਦ ਦੁਬਾਰਾ ਸਟਾਰਟ ਕਰਕੇ ਜਿਹੜਾ ਬੋਲਟ ਹੈ ਪਹਿਲੀ ਕਿੱਕ 'ਤੇ ਸਟਾਰਟ ਹੋ ਗਿਆ। ਬਾਕੀ ਥੋੜ੍ਹਾ ਹੁਣ ਇਹਨੂੰ ਬਾਹਰ ਗੇੜਾ ਦੇ ਕੇ ਲਿਆਉਣਾ, ਗਰਮ ਕਰਕੇ ਲਿਆਉਣਾ, ਕਿਉਂਕਿ ਘੱਟੋ ਘੱਟ 2-2.5 ਮਹੀਨੇ ਬਾਅਦ ਬੋਲਟ ਸਟਾਰਟ ਕਰਿਆ ਹੈ। ਆਵਾਜ਼ ਤੁਸੀਂ ਚੈੱਕ ਕਰ ਸਕਦੇ ਵੀ ਇਹਦੇ 2-2.5 ਮਹੀਨੇ ਬਾਅਦ ਆਵਾਜ਼ ਵੀ ਸੇਮ ਹੈ, ਆਵਾਜ਼ 'ਚ ਕੋਈ ਫਰਕ ਨਹੀਂ ਹੈਗਾ। ਪੁਰਾਣੇ ਬੋਲਟਾਂ ਦਾ ਇਹੀ ਫਾਇਦਾ, ਜੇ ਆਪਾਂ ਨਵੇਂ ਬੋਲਟਾਂ 2-2.5 ਮਹੀਨੇ ਨਹੀਂ ਚਲਾਈਏ ਤਾਂ ਉਹਨਾਂ ਦਾ ਜਿਹੜਾ ਇੰਜਣ ਦਾ ਕੰਮ, ਸ਼ੌਕਰਾਂ ਦਾ ਕੰਮ ਬਹੁਤ ਕੰਮ ਹੋ ਜਾਂਦਾ ਹੈ। ਤਾਂ ਜੀ ਆਪਾਂ ਇਸ ਟਾਈਮ ਬੋਲਟ ਨੂੰ ਸਟਾਰਟ ਕਰਕੇ ਲੈ ਕੇ ਮੋਟਰ 'ਤੇ ਪਹੁੰਚ ਚੁੱਕੇ ਹਾਂ, ਉਰੇ ਵੀ ਆਪਾਂ ਨੇ ਇਹਨੂੰ ਸਟਾਰਟ ਹੀ ਖੜਾਇਆ ਵਾ, ਟਾਈਮ ਪੂਰਾ ਬੋਲਟ ਉਵੇਂ ਸਟਾਰਟ ਖੜਾ ਹੈ, ਥੋੜ੍ਹੀ ਦੇਰ ਇਹਨੂੰ ਸਟਾਰਟ ਰੱਖੂੰਗੇ ਤਾਂ ਕਰਕੇ ਹੁਣ ਅੱਗੇ ਤੰਗ ਨਹੀਂ ਕਰੂਗਾ ਆਪਾਂ ਨੂੰ। ਬਾਕੀ ਇਸ ਟਾਈਮ ਤੁਸੀਂ ਮੋਟਰ 'ਤੇ ਦੇਖ ਸਕਦੇ ਹੋ, ਮੋਟਰ 'ਤੇ ਲਾਈਟ ਚੱਲਦੀ ਹੈ, ਪਨੀਰੀ ਵਗੈਰਾ ਜਿਹੜੀ ਉਹ ਇਹ ਲੇਹ ਲਦਾਖ ਜਾਣ ਦੇ ਪਹਿਲਾਂ ਬੀਜ ਕੇ ਗਏ ਤੇ ਆਪਾਂ, ਜਿੱਦਾਂ ਲੇਹ ਲਦਾਖ ਗਏ ਤੇ ਉੱਤੇ 2 ਦਿਨ ਪਹਿਲਾਂ ਪਨੀਰੀ ਬੀਜੀ ਦੀ ਇਹ 21, ਅਤੇ ਇਸ ਟਾਈਮ ਤੁਸੀਂ ਦੇਖ ਸਕਦੇ ਹਾਂ ਵੀ ਇਹ ਐਡੀ ਐਡੀ ਹੋ ਗਈ ਹੈ 10 ਦਿਨ ਦੇ ਵਿੱਚ। ਬਾਕੀ ਗੰਨੇ ਗੁੰਨੇ ਨੂੰ ਪਾਣੀ ਲੱਗ ਰਿਹਾ ਹੈ ਉਵੇਂ ਹੀ ਪਹਿਲਾਂ ਹੀ ਜਿਵੇਂ ਲਗਾਤਾਰ ਚੱਲ ਰਿਹਾ ਤਾ, ਅਤੇ ਪਨੀਰੀ ਦੀ ਬੀਜੀ ਗਈ ਹੈ, ਗੰਨੇ ਨੂੰ ਪਾਣੀ ਵੀ ਲੱਗ ਰਿਹਾ ਹੈ। ਲਾਈਟ ਹੁਣ ਜਿਹੜੀ ਭਗਵੰਤ ਮਾਨ ਨੇ ਹੈ 1 ਦਿਨ ਛੱਡ ਕੇ 8 ਘੰਟੇ ਕਰੀ ਵੀ ਹੈ। ਇੱਧਰ ਗੰਨਾ ਇਹ ਸਰੋਂ ਵਾਲਾ ਗੰਨਾ ਹੈ, ਬਾਕੀ ਇੱਧਰ ਸਾਰਾ ਇਹ ਜੀਰੀ ਨੂੰ
वास्ते खेत खाली छड़े हुए हैं। तो इधर जी ये 21 पनीरी है। हुण जिहड़े खेती करदे उन्हां नूं तां पता है भी 21 पनीरी किहड़ी है, 21 किन्ना टाइम लैंदी है, 26 किन्ना टाइम लैंदी है, सारे खेती वाले बंदे नूं तां पता ही है। इधर 26 पनीरी है, ये अज बीजी है, ये लेह लद्दाख जाण ते पहलां बीजी थी, तो लेह लद्दाख तो आके अज बीजी है। सवेर टाइम सज रही, इहदा अज छिट्टा दित्ता, यह 3 दिन बाद चलूगी, तो उसके बाद 10-12 दिन बाद ये बराबर हो जूगी, क्योंकि ये जी ग्रोथ है 26 की ग्रोथ है ये तेज़ होंगी है। ये मतलब कि उसे पहले इन्हें हो जाना लग भी खेत भी पहला जाना, ये 26-27 दिन की जी पनीरी होंगी है ये खेत च लग जाती है। जी 21 की है ये उही घट्टो घट 35-40 दिन ले लेंदी है, वध भी ले लेंदी है, वो थोड़ी मतलब कि संभालते है। बाकी कल नूं मीह दस्सिया वा, तो अज थोड़ी थोड़ी धुप है, तो बिच बदल भी हो जाने हैं। इधर जी आह पनीरी बीजी भी यह नवा बीज है, यू थोड़ा चैक करा भी किमें निकलता है। ये इधर जी वरायटी है ये गन्ने की वरायटी है, ये नवी वरायटी आई है, 95 वरायटी का नाम है। तुम देख सकते हैं भी इस टाइम यह गन्ने की हाइट देख सकते हैं, यह 6 फुट तो प्लस चले गया गन्ना। तो ये तुम भी देख सकते हैं भी गन्ने ने जिहड़ियां यह इस टाइम 1, 2, 3, 4 पोरियां भी कर लिया। सूआ भी गन्ने का वधिया करिया वा, वरायटी नवी आई है, यह ट्रायल वरायटी लाई हुई अपने मोटर ते एंटर होने से पहला ही। तुम देख सकते बंदा इस टाइम ये जो बंदा खड़ जाए भी वह दिखेगा नहीं, ये मतलब कि हाल तक ये सिर्फ एक रे पाया वा, बाकी कुछ नहीं पाया वा, पानी वो लाया वा, ये कोई देसी खाद नहीं पई भी ये सिर्फ एक। जद ये बीजिया तो जद ये 3 किलो डाया पाया था, तो बाकी अद्धा थला रेहदा पिया वे ट्रायल वरायटी लाई हुई अपने इस टाइम। ये हर एक गन्ने के अलग अलग मतलब कि कितने 4-4 पोरियां भी हो गई, 1, 2, 3, 4 भी हैं, किसी 3 पोरियां है, किसी 5 पोरियां है, मतलब कि यह दूए गन्ने नाल ते घट्टो घट भी 2-3 महीने गन्ना मूहरे चल रहा है। ये सिरे तक सारी ट्रायल वरायटी लाई हुई है, इधर गन्ने की ट्रायल वरायटी है, उधर नवी पनीरी की ट्रायल वरायटी है। ये मोटर ते एंट्री ते सारिया नवीं चीज़ा लाई हुई है। इधर आस इन्ने एरिए रौनी करके थोड़ा जहा बावे, वो परले पासे लेजर करा फेरिया वा, वो सारा उसे पानी करके चैक करा। इधर जरा बोल्ट है पूरा तेल पा 9-9.5 रुपये पेट्रोल, 7 रुपये डीजल, 200 रुपये सिलेंडर। हाँ जी हाँ, ता ही साफ कर लिया हूँ, तेल सस्ता हो गया जी, मैं क्या ता ही साफ कर बोल्ट, हूँ तेल सस्ता हो गया हूँ लेके जाए करेंगे। अरे कोई बंदा जरा आप पूछ रहा है भी अज बोल्ट इन्ने दिन बाद, बोटा हिमाचल च है हरियाणे च भी आ गई अगले साल। हाँ जी हाँ, लो हूँ स्टापा आप घर में चलते हैं, है जी लालच दे रहे हैं। आप इस टाइम हम दोबारा घर चलते हैं, घर जाके नहाइए धोइए, नहा धो के अज छुट्टी है, ऐतवार है तो थोड़ा बहुत आराम वगैरह करिए। कल आपने धोता मोटरसाइकिल, रब देख ही रहा था भी जिदन मोटरसाइकिल धोना उदने मीह पा देना, तो उदने मीह दसिया वा। अज आपने निकलना सीगा मोटरसाइकिल पर, क्योंकि तुम जिमें देखे ही है पिछे बोल्ट आपने चंकी तरह धोता है, तो अज रब ने सड़क फिर गिलियां कर दी जिमें धोता तो फिर लिपी है, रब देख ही रहा था भी जिदन बोल्ट धोवे उदने मीह पावे। 2-2.5 महीने बाद अज बोल्ट पर जाना था,
ਪਰ ਅੱਜ ਮੌਸਮ ਰੱਬ ਨੇ ਗਿੱਲਾ ਕਰਤਾ, ਪਰ ਕੋਈ ਗੱਲ ਨਹੀਂ, ਜਾਵਾਂਗੇ ਅਸੀਂ, ਜਾਵਾਂਗੇ ਜ਼ਰੂਰ। ਕਿਉਂਕਿ ਬੋਟ 'ਤੇ ਜਾਣਾ ਚਾਹੇ ਮੀਂਹ ਆਵੇ ਕੁਛ ਆਵੇ, ਚਾਹੇ ਸੜਕ ਗਿੱਲੀ ਹੋਵੇ ਚਾਹੇ ਪਾਣੀ ਖੜਾ ਹੋਵੇ, ਪਰ ਆਪਾਂ ਜਾਣਾ ਅੱਜ ਬੋਲਟ 'ਤੇ ਹੀ ਹੈ, ਜੋ ਮਰਜ਼ੀ ਹੋਵੇ। ਕੱਲ੍ਹ ਇੰਨਾ ਟਾਈਮ ਲਾ ਕੇ ਬੋਲਟ ਸਟਾਰਟ ਕਰਿਆ ਸੀ, 2-3 ਘੰਟੇ ਬੋਲਟ 'ਤੇ ਲੱਗ ਗਏ, ਅਤੇ ਅੱਜ ਤਾਂ ਜਾਵਾਂਗੇ ਬੋਲਟ 'ਤੇ ਹੀ, ਜੋ ਕੁਛ ਮਰਜ਼ੀ ਹੋਵੇ, ਚਾਹੇ ਮੀਂਹ ਜਿੰਨਾ ਮਰਜ਼ੀ ਆ ਜੇ, ਹਨੇਰੀ ਆ ਜੇ। ਵੈਸੇ ਰਾਤ ਕਾਫੀ ਮੀਂਹ ਪੈ ਗਿਆ, ਸੜਕਾਂ ਸੁੜਕਾਂ ਗਿੱਲੀਆਂ ਹੋਈਆਂ ਵੀਆਂ ਨੇ। ਲਓ ਜੀ, ਆਪਾਂ ਇਸ ਟਾਈਮ ਬੋਲਟ 'ਤੇ ਨਿਕਲ ਚੁੱਕੇ ਹਾਂ, ਮੌਸਮ ਪੂਰਾ ਠੰਡਾ ਹੈ, ਮੀਂਹ ਥੋੜ੍ਹਾ ਥੋੜ੍ਹਾ ਪੈ ਕੇ ਹਟ ਚੁੱਕਿਆ ਹੈ। ਬਾਕੀ ਜਿਹੜਾ ਮੀਂਹ ਹੈ ਦਿਨ 'ਚ 12-1 ਵਜੇ 'ਤੇ ਦੱਸਿਆ ਵਾ, 70% ਬਹੁਤ, ਮਤਲਬ ਕਿ ਮੋਟਰਸਾਈਕਲ 'ਤੇ ਚੱਲ ਰਹੇ ਵੀ ਹੈ, ਜੋ ਮੌਸਮ ਵੀ ਪੂਰਾ ਠੰਡਾ ਹੈ ਅਤੇ ਬੋਲਟ ਪੂਰਾ ਧੋ ਕੇ ਚੱਲਦਾ ਹੈ ਵਾ, ਤੁਸੀਂ ਜਿਵੇਂ ਪਹਿਲਾਂ ਪਿਛਲੀ ਵੀਡੀਓ 'ਚ ਦੇਖਿਆ ਹੀ ਹੈ। ਅਤੇ ਇਸ ਟਾਈਮ ਆਪਾਂ ਪਿੰਡ ਤੋਂ ਨਿਕਲ ਚੁੱਕੇ ਹਾਂ, ਆਲੇ ਦੁਆਲੇ ਜਿਹੜੇ ਤੁਸੀਂ ਖੇਤ ਹੈ ਸਾਰੇ ਦੇਖ ਸਕਦੇ ਹੈ ਵੀ ਉਹ ਮੀਂਹ ਨਾਲ ਪੂਰੇ ਗਿੱਲੇ ਹੈ। ਐਵੇਂ ਦੇ ਜੇ 10-15 ਦਿਨ ਬਾਅਦ ਮੀਂਹ ਪਈ ਜਾਣ ਤਾਂ ਥੋੜ੍ਹਾ ਗਰਮੀ 'ਚ ਰਾਹਤ ਮਿਲਦੀ ਰਹਿੰਦੀ ਹੈ। ਹਾਂਜੀ, ਮੀਂਹ ਵਗੈਰਾ ਬਹੁਤਾ ਪਿਆ ਨਹੀਂ ਹੈਗਾ, ਹਿਸਾਬ ਜਿਹੇ ਦਾ ਹੀ ਮੀਂਹ ਪਿਆ। ਤਾਂ ਥੋੜ੍ਹਾ ਬਹੁਤਾ ਘੁੰਮ ਫਿਰ ਕੇ ਆਪਾਂ ਲੋਕਲ ਗੇੜੀ ਉੜੀ ਜੀ ਮਾਰ ਕੇ ਮਰਿੰਡੇ 2-4 ਕੰਮ ਜੇ ਅਤੇ ਘਰ ਆ ਗਏ। ਅਤੇ ਹੁਣ ਘਰ ਆ ਕੇ ਲੇਜ਼ਰ ਕਰਾਹ ਜਿਹੜਾ ਪਾ ਲਿਆ ਦੂਏ ਟਰੈਕਟਰ ਪਿੱਛੇ, ਤੁਸੀਂ ਦੇਖ ਸਕਦੇ ਹਾਂ ਉੱਧਰ ਲੇਜ਼ਰ ਕਰਾਹ ਦੀ ਜਿਹੜੀ ਕਰਨ ਲੱਗ ਗਏ, ਕਿਉਂਕਿ ਖੇਤਾਂ ਦਾ ਥੋੜ੍ਹਾ ਬਹੁਤਾ ਉੱਚੇ ਨੀਵੇਂ ਜੇ ਹੋਏ ਵੇ, ਅਤੇ ਹੁਣ 2-3 ਸਾਲ ਹੋ ਗਏ ਲੇਜ਼ਰ ਕਰਾਹ ਮਾਰਿਆ ਨਹੀਂ। ਤਾਂ ਇਸ ਕਰਕੇ ਹੁਣ ਇੱਧਰ ਪਹਿਲਾਂ ਇੱਧਰ ਮਾਰਿਆ, ਪਹਿਲਾਂ ਸੱਚ ਦੂਏ ਪਾਸੇ ਮਾਰਿਆ, ਅਤੇ ਫਿਰ ਉਹ ਉੱਪਰ ਵਾਲੇ ਕੀਲੇ 'ਚ ਮਾਰਿਆ, ਆਹ 2 ਕੀਲਿਆਂ ਦਾ ਘੇਰਾ ਫਿਰ ਇਹਦੇ 'ਚ ਮਾਰਿਆ, ਹੁਣ ਇੱਧਰ ਚੱਲਦਾ ਹੈ, ਜਾਣੀ ਕਿ ਉੱਧਰ ਹੈ। ਚੱਲ ਦੇਖਦੇ ਜਿੰਨਾ ਬਹੁਤਾ ਥੋੜ੍ਹਾ ਬਹੁਤ ਹੁੰਦਾ ਉਨਾ ਕਰਾਂਗੇ, ਬਾਕੀ ਆਪਾਂ ਕਰਾਂਗੇ ਕੱਲ੍ਹ ਨੂੰ ਸੁਬਾਹ। ਅਤੇ ਹੁਣ ਇਸ ਟਾਈਮ ਲੇਜ਼ਰ ਚੱਲ ਰਿਹਾ ਪੂਰਾ ਮੀਂਹ, ਚਲੋ ਭੁੱਬੜ ਜੀ ਦੱਬ ਗਿਆ, ਸਹੀ ਹੋ ਗਿਆ, ਜਿੰਨਾ ਕੁ ਵੀ ਹੋ ਗਿਆ ਸਹੀ ਹੈ। ਅਤੇ ਬਾਕੀ ਹੁਣ ਲੇਜ਼ਰ ਦਾ ਕੰਮ ਚੱਲਦਾ, ਲੇਜ਼ਰ ਕਰਾਂਗੇ, ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਜੀਰੀ ਦਾ ਕੰਮ ਨੇੜੇ ਹੈ, ਜਿਹੜੀ ਡੇਟ ਹੈ ਭਗਵੰਤ ਮਾਨ ਨੇ ਉਹ ਰੋਪੜ ਜ਼ਿਲ੍ਹੇ ਨੂੰ 14 ਜੂਨ ਦੇ ਦਿੱਤੀ ਹੈ। ਬਾਕੀ ਜਿਵੇਂ ਜਿਵੇਂ ਸਭ ਕੋਈ ਹੋਰ ਅਪਡੇਟ ਮਿਲਦੀ ਰਹੂਗੀ ਆਪਾਂ ਉਹ ਤੁਹਾਨੂੰ ਸਾਰੀਆਂ ਦਿੰਦੇ ਰਹੂੰਗੇ। ਅਤੇ ਇਸ ਟਾਈਮ ਤਾਂ ਆਪਣਾ ਉੱਧਰ ਦੂਜੇ ਟਰੈਕਟਰ ਪਿੱਛੇ ਲੇਜ਼ਰ ਚੱਲ ਰਿਹਾ ਹੈ। ਹਾਂ, ਕਰਾਹ ਆਪਾਂ ਨੇ ਪਾਇਆ ਵਾ ਇਹ ਵੀ, ਜੇ ਉੱਧਰ ਮਤਲਬ ਕਿ ਕਈ ਵਾਰ ਕਿਤੇ ਜ਼ਿਆਦਾ ਉੱਚਾ ਨੀਵਾਂ ਫਰਕ ਹੋਵੇ ਤਾਂ ਫਿਰ ਆਹ ਕਰਾਹ ਨਾਲ ਨਿਕਲ ਜਾਂਦਾ ਹੈ ਫਰਕ, ਮਤਲਬ ਆਹ ਕਰਾਏ ਨਾਲ ਮਿੱਟੀ ਜ਼ਿਆਦਾ ਖਿੱਚ ਹੋ ਜਾਂਦੀ, ਇਹਦੇ ਨਾਲ ਲੱਗਦਾ ਟਾਈਮ। ਬਾਕੀ ਸ਼ਾਮ ਦਾ ਟਾਈਮ ਹੋ ਗਿਆ, ਅਤੇ ਇੱਧਰ ਇਹਦਾ ਕਨੈਕਸ਼ਨ ਜਿਹੜਾ ਲੇਜ਼ਰ ਕਰਾਹ ਦਾ, ਉਹ ਲਾਈਟ ਦਾ ਕਨੈਕਸ਼ਨ ਜਿਹੜੀ ਉੱਪਰ ਹਰੀ ਜੀ ਲਾਈਟ ਵੱਲਦੀ ਆ, ਇੱਧਰ ਉਹ ਲਾਲ ਲਾਈਟ ਨਾਲ ਕਨੈਕਸ਼ਨ ਹੈ। ਇਹ ਡੂੰਘੀ ਕਹਾਣੀ ਹੈ ਵੀ ਕਿਵੇਂ ਚੱਲਦਾ ਹੈ, ਜਿਹੜੇ ਬੰਦੇ ਚਲਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ। ਅਤੇ ਇਹ ਕਰਾਹ ਨਾਲ ਆਏ ਹਾਂ ਵੀ ਜੇ ਕਿਤੇ ਜ਼ਿਆਦਾ ਉੱਚਾ ਨਹੀਂ ਮੈਂ ਤਾਂ ਆਪਾਂ ਕਰਾਹ ਨਾਲ ਮਿੱਟੀ ਖਿੱਚ ਸਕਦੇ ਹਾਂ ਇੱਧਰ ਨੂੰ। ਬਾਕੀ ਹੁਣ ਇਸ ਵਾਰ ਦੇਖਦੇ ਹਾਂ, ਬਾਕੀ ਅਸਲੀ ਤਾਂ ਉੱਚਾ ਨਹੀਂ ਮੈਂ ਜੀਰੀ 'ਤੇ ਪਤਾ ਲੱਗਦਾ, ਕਣਕ ਕੁਣਕ ਤਾਂ ਐਂ ਹੋ ਜਾਂਦੀ ਹੈ। ਅਤੇ ਬਾਕੀ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਬਹੁਤ ਜਲਦੀ ਲੈ ਕੇ ਆਵਾਂਗੇ ਕੋਈ ਨਵੀਂ ਵੀਡੀਓ ਨਵੀਂ ਚੀਜ਼ ਦੀ। ਅਤੇ ਇਹ ਵੀਡੀਓ ਆਪਾਂ ਕਰਦੇ ਹਾਂ ਇੱਥੇ ਸਮਾਪਤ।